ਸਰ ਇਹ ਜਿਹੜਾ ਇੱਕ ਹਾਸਾ ਸੀ ਕਿਦਾਂ ਇਹ ਇਹਦਾ ਇਹ ਮਰਡਰ ਦਾ ਪਤਾ ਲੱਗਿਆ ਕਿਸ ਤਰ੍ਹਾਂ ਇਹ ਪਲੈਨਿੰਗ ਕੀਤੀ ਗਈ ਕਿਸ ਨੇ ਮਰਡਰ ਕੀਤਾ ਤੇ ਕੀ ਗੱਲ ਹੋਈ ਸਾਰੀ ਜੀ ਜੀ ਇਹ ਜੀ ਲਾਸਟ ਮੰਥ 16 ਤਰੀਕ ਨੂੰ ਸਾਨੂੰ ਇਤਲਾ ਮਿਲੀ ਸੀ ਕਿ ਬਰਨਾਲਾ ਬਟਿੰਡਾ ਜਿਹੜਾ ਇਹ ਹੈਗਾ ਬਾਈਪਾਸ ਉਥੋਂ ਮੋਗਾ ਜਿਹੜੇ ਰੋਡ ਜਾਂਦੀ ਹੈ ਉਥੇ ਸਲਿੱਪ ਰੋਡ ਤੇ ਦੁਪਹਿਰ ਦੇ ਟਾਈਮ ਕਾਫੀ ਗਰਮੀਆਂ ਦਾ ਸਮਾਂ ਸੀਗਾ ਕਿ ਇੱਕ 올ਟੋ ਗੱਡੀ ਹੈਗੀ ਉਹਦੇ ਵਿੱਚ ਅੱਗ ਲੱਗ ਗਈ ਹੈ ਅੱਗ ਲੱਗ ਕੇ ਤੇ ਜਦੋਂ ਸਾਡੀ ਟੀਮਸ ਪਹੁੰਚੀ ਉਥੇ ਤੇ ਉਹਨਾਂ ਨੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਸੀ ਇਨੀਸ਼ੀਅਲੀ ਇਟ ਵਾਸ ਲਾਈਕ ਕਿ ਵੀ ਸਾਰੇ ਨੂੰ ਲੱਗ ਰਿਹਾ ਸੀਗਾ ਬਿਕੋਜ਼ ਗਰਮੀ ਦੇ ਕਾਰਨ ਅਕਸਰ ਕਈ ਵਾਰੀ ਗੱਡੀਆਂ 'ਚ ਅੱਗ ਲੱਗ ਜਾਂਦੀ ਹੈ ਤੇ ਮੇਬੀ ਇਟ ਇਜ਼ ਅ ਸਾਰਟ ਆਫ ਐਕਸੀਡੈਂਟ ਤੇ ਹੋ ਗਿਆ ਬਟ ਜਦੋਂ ਥੋੜਾ ਧੂੰਏਂ ਦੇ ਵਿੱਚ ਸਾਡੀ ਟੀਮ ਸੀਨੀਅਰ ਆਫਸਰਸ ਪਹੁੰਚੇ ਟੈਕਨੀਕਲ ਫੋਰੈਂਸਿਕ ਟੀਮ ਪਹੁੰਚੀ ਤੇ ਦੇਰ ਵਾਸ ਸਮਥਿੰਗ ਸਸਪੀਸ਼ੀਅਸ ਅਬਾਊਟ ਥਿਸ ਇਨਸੀਡੈਂਟ ਤੇ ਉਹਨਾਂ ਦੇ ਘਰ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਤੇ ਕੁਝ ਹੋਰ ਸਾਨੂੰ ਕਲੂਜ਼ ਮਿਲੇ ਜਿਨ੍ਹਾਂ ਦੇ ਵਰਕ ਕਰਤੇ ਹੋਏ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਕਿ ਲਾਸਟ 20 ਡੇਸ ਅਸੀਂ ਵਰਕ ਕਰ ਰਹੇ ਸੀਗੇ ਰੈਗੂਲਰ ਇਹਦੇ ਤੇ ਤੇ ਸਾਨੂੰ ਲੀਡਸ ਤੇ ਲੀਡਸ ਮਿਲੀ ਤੇ ਪਤਾ ਲੱਗਿਆ ਕਿ ਇਹਦੀ ਜੋ ਜੋ ਵਿਕਟਮ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਸੀਗੀ ਸੁਖਜੀਤ ਕੌਰ ਉਹਦਾ ਰਿਲੇਸ਼ਨ ਸੀਗਾ ਕਿ ਉਹਨਾਂ ਦਾ ਕੋਈ ਫਰੈਂਡਸ਼ਿਪ ਸੀਗੀ ਕਿਸੇ ਮੁੰਡੇ ਨਾਲ ਹਰਦੀਪ ਸਿੰਘ ਤੇ ਉਹਦਾ ਇੱਕ ਫਰੈਂਡ ਸੀਗਾ ਸੁਖਦੀਪ ਸਿੰਘ ਉਹਨਾਂ ਨੇ ਆਪਸ ਦੇ ਵਿੱਚ ਕਾਂਸਪੀਰੇਸੀ ਰਚੀ ਕਿ ਭਈ ਬਿਕੋਜ਼ ਹੀ ਨਿਊ ਹਰਚਰਨ ਸਿੰਘ ਨਿਊ ਅਬਾਊਟ देयर ਰਿਲੇਸ਼ਨਸ਼ਿਪ ਤੇ ਇਤਰਾਜ ਕਰਦਾ ਸੀ ਤੇ ਇਹਨਾਂ ਨੂੰ ਜਾਨ ਤੋਂ ਮਾਰਨ ਦੀ ਕਿ ਭਈ ਇਹਨੂੰ ਸਾਈਡ ਤੇ ਕੀਤਾ ਜਾਏ ਆਪਣੇ ਤੋ ਇਹ ਕੌਨਸਪੀਰੇਸੀ ਰਚ ਕੇ 16 ਤਰੀਕ ਨੂੰ ਜੋ ਅਸੀਂ ਹੁਣ ਤਿੰਨਾਂ ਨੂੰ ਹੀ ਫੜ ਲਿਆ ਹੈਗਾ ਤੇ ਮੁਰਲੀ ਤਕਤੀਸ਼ ਵੀ ਕੀਤੀ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਐਂਡ ਟੈਕਨੀਕਲ ਕਲੂਜ਼ ਤੋਂ ਜਿਹੜੀ ਸਟੋਰੀ ਸਾਹਮਣੇ ਆਈ ਹੈ ਕਿ 16 ਤਰੀਕ ਨੂੰ ਇਹਨਾਂ ਨੇ ਹਰਚਰਨ ਸਿੰਘ ਨੂੰ ਕਿਸੇ ਬਹਾਨੇ ਸਰ ਉਸ ਥਾਂ ਤੇ ਬੁਲਾਇਆ ਬੁਲਾਉਣ ਤੋਂ ਬਾਅਦ ਇਹ ਦੋਨੋਂ ਮੁੰਡੇ ਵੀ ਪਹੁੰਚ ਗਏ ਉੱਥੇ ਇਹਨਾਂ ਨੇ ਗੱਡੀ ਦੇ ਵਿੱਚ ਹੀ ਉਹ ਬੈਠਿਆ ਸੀਗਾ ਇੱਕ ਨੇ ਪਰਨਾ ਪਾ ਲਿਆ ਉਹਦੇ ਗਲੇ ਦੇ ਵਿੱਚ ਤੇ ਓਵਰ ਪਾਵਰ ਕਰ ਲਿਆ ਤਿੰਨਾਂ ਨੇ ਮਿਲ ਕੇ then ਉਹਨਾਂ ਕੋਲ ਜਿਹੜਾ ਇਹ ਘਰਾਂ ਦੇ ਵਿੱਚ ਆਮਮਨ ਯੂਜ਼ ਹੁੰਦਾ ਹਿੱਟ ਜੋ ਕਾਕਰਸਿਸ ਵਗੈਰਾ ਵਾਸਤੇ ਇਨਸੈਕਟੀਸਾਈਡ ਹੈਗਾ ਜ਼ਹਿਰੀਲੀ ਹੈਗੀ ਚੀਜ਼ ਤੇ ਉਹਦੇ ਨਾਲ ਉਹ ਇੱਕਦਮ ਸਪਰੇ ਕਰਤਾ ਉਹਦੀ ਨੱਕ ਦੇ ਵਿੱਚ ਕਾਫੀ ਤੇ ਉਹ ਉਸੇ ਟਾਈਮ ਅਨਕੌਂਸ਼ੀਅਸ ਹੋ ਗਿਆ ਦੇ ਹੈਡ ਆਲਰੇਡੀ ਕਨਸਪਾਇਰਡ ਜਿੱਦਾਂ ਮੈਂ ਦੱਸਿਆ ਉਹਨਾਂ ਨੇ ਪੈਟਰੋਲ ਵਗੈਰਾ ਆਲਰੇਡੀ ਅਰੇਂਜ ਕੀਤਾ ਸੀ ਪੈਟਰੋਲ ਛਿੜਕ ਕੇ ਜਦੋਂ ਉਹ ਅਨਕੌਂਸ਼ੀਅਸ ਹੋਇਆ ਇਹਨੇ ਗੱਡੀ 'ਚ ਛਿੜਕ ਕੇ ਤੇ ਅੱਗ ਲਾ ਕੇ ਤੇ ਉੱਥੋਂ ਨਿਕਲ ਗਏ ਤੇ ਇਹਨਾਂ ਨੂੰ ਸੀਗਾ ਵੀ ਇਟ ਵਿਲ ਬੀ ਲਾਈਕ ਅ ਸਾਰਟ ਆਫ ਐਕਸੀਡੈਂਟ ਤੇ ਪਤਾ ਨਹੀਂ ਲੱਗਣਾ then but ਹੁਣ ਸਾਨੂੰ ਇਹ ਸਾਰੀ ਗੱਲ ਸਾਹਮਣੇ ਆ ਗਈ ਸਰ ਦੇਖਣ ਨੂੰ ਮਿਲਦਾ ਜਿਆਦਾਤਰ ਇਸ ਤਰ੍ਹਾਂ ਐਕਸੀਡੈਂਟ ਕੇਸ ਹੁੰਦੇ ਗਰਮੀ ਚ ਸਪਾਰਕ ਨਾਲ ਗੱਡੀਆਂ ਮੱਚ ਜਾਂਦੀਆਂ ਹੈ ਵਿੱਚ ਬੰਦੇ ਐਕਸੀਡੈਂਟ ਦੇਖਣ ਨੂੰ ਮਿਲਦੇ ਇਹ ਐਕਸੀਡੈਂਟ ਨੂੰ ਤੁਸੀਂ ਕਿਸ ਤਰ੍ਹਾਂ ਐਂਗਲ ਨੂੰ ਇਸ ਮਰਡਰ ਟ੍ਰੇਸ ਇਸ ਐਂਗਲ ਤੇ ਪਹੁੰਚੇਗੇ ਤੁਹਾਨੂੰ ਪਤਾ ਲੱਗਿਆ ਕਿ ਮਰਡਰ ਹੈ ਜੀ ਜਦੋਂ ਮੈਂ ਦੱਸਿਆ ਨਾ ਤੁਹਾਨੂੰ ਫੋਰੈਂਸਿਕ ਟੀਮਸ ਪਹੁੰਚਦੀਆਂ ਤਾਂ ਕੁਝ ਸਸਪੀਸ਼ੀਅਸ ਲੱਗਿਆ ਕਿ ਵੀ ਗੱਡੀ ਉੱਥੇ ਖੜੀ ਸੀਗੀ ਕਿਵੇਂ ਖੜੀ ਹੁੰਦੀ ਹੈ ਕਿਵੇਂ ਅੱਗ ਲੱਗੀ ਹੈ ਕਿਵੇਂ ਦਰਵਾਜ਼ੇ ਕਿਉਂ ਨਹੀਂ ਖੁੱਲੇ ਤੇ ਬੰਦਾ ਅੰਦਰ ਹੀ ਸੀਗਾ ਤੇ ਰੋਲ ਵੀ ਕਈ ਵਾਰੀ ਚਲਦੀ ਹੈਗੀ ਉਹ ਲੋਕੀ ਵੀ ਉਤੁਰਦੇ ਫਿਰਦੇ ਰਹਿੰਦੇ ਆ ਦੈਨ ਫਿਰ ਥੋੜਾ ਫੈਮਿਲੀ ਤੋਂ ਵੀ ਪੁੱਛਗਿਛ ਕੀਤੀ ਗਈ ਦੈਨ ਟੈਕਨੀਕਲੀ ਵੀ ਅਸੀਂ ਸਾਰਾ ਜਦੋਂ ਜੋੜ ਕੀਤੇ ਤੇ ਸਾਨੂੰ ਕੁਝ ਕਲੂਜ਼ ਮਿਲੇ ਤੇ ਕੜੀ ਤੋਂ ਕੜੀ ਜੋੜਦੇ ਹੋਏ ਤਾਂ ਹੀ ਸਾਨੂੰ 20 ਦਿਨ ਲੱਗੇ ਤੇ ਵਿੱਚ ਕਿਉਂਕਿ ਸੁਰਾਗ ਐਂਡ ਜਦੋਂ ਅਸੀਂ ਇੰਨੀ ਵੱਡੀ ਪਰਚਾ ਦਿੰਨੇ ਆ ਬਿਕੋਜ਼ ਇਟ ਵਾਸ ਲਾਸਟ ਮੰਥਸ ਇਨਸੀਡੈਂਟ 302 ਦੇ ਵਿੱਚ ਆਈਪੀਸੀ ਸੈਕਸ਼ਨ ਦੇ ਵਿੱਚ ਅਸੀਂ ਐਫਆਈਆਰ ਦਿੱਤੀ ਹੈ ਤਾਂ ਪੂਰਾ ਸੋਲਿਡ ਮਤਲਬ ਪੱਕੇ ਪੈਰੀ ਚੱਲਣ ਦੇ ਵਿੱਚ ਹੀ ਹੁੰਦਾ ਹੈ ਤੇ ਸਾਨੂੰ ਕਲੂਜ਼ ਮਿਲਦੇ ਗਏ ਐਂਡ ਵੀ ਟ੍ਰੇਸਡ ਇਟ ਐਂਡ ਵੀ ਵੈਂਟ ਟੂ ਦੀ ਡੈਪਥ ਅਗਲੀ ਹੁਣ ਕੀ ਉਹਨਾਂ ਨੂੰ ਰਹਿਮਾਨ ਚ ਲੈ ਕੇ ਕੀ ਅਗਲੀ ਕਾਰਵਾਈ ਕੀਤੀ ਜਾ ਰਹੀ ਤੇ ਹੋਰ ਕੀ ਅੱਗੇ ਜਾਂਚ ਕੀਤੀ ਜਾ ਰਹੀ ਜੀ ਅਸੀਂ ਪੂਰਾ ਪਤਾ ਕਰ ਰਹੇ ਹਾਂ ਨਾ ਦਾ ਬੈਕਗ੍ਰਾਉਂਡ ਵੀ ਪਤਾ ਕਰ ਰਹੇ ਜਿਹੜੇ ਹੈਗੇ ਇਹਨਾਂ ਨੇ ਪਹਿਲਾਂ ਤੋਂ ਨਹੀਂ ਕੋਈ ਕਾਂਸਪੀਰੇਸੀ ਇਹਦਾ ਰਚੀ ਕੋਈ ਹੋਰ ਇਨਸੀਡੈਂਟਸ ਕੀਤੇ ਹੋਣ ਜੋ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਵਹੀਕਲ ਜਾਂ ਇਕੁਪਮੈਂਟ ਯੂਜ਼ ਕੀਤਾ ਉਹ ਬਰਾਮਦਗੀ ਕੀਤੀ ਜਾਏਗੀ ਕੋਈ ਇੰਸ਼ੋਰੈਂਸ ਦਾ ਵੀ ਦੱਸਿਆ ਜਾ ਰਿਹਾ ਕੋਈ ਇੰਸ਼ੋਰੈਂਸ ਵੀ ਕਰਾਈ ਸੀ ਉਸ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਹੈਗਾ ਫੈਮਲੀ ਕੁਝ ਦੱਸ ਰਹੀ ਹੈ ਮੇਬੀ देयर ਵਾਸ ਸਮ ਇੰਸ਼ੋਰੈਂਸ ਕਰਾ ਕੇ ਤੇ ਇਸ ਦਾ ਮਤਲਬ ਅਗਰ ਇਦਾਂ ਦਾ ਇਹਨਾਂ ਨੇ ਕੁਝ ਕੀਤਾ ਹੈ ਤਾਂ ਦੇ ਵਾਰ ਆਲਰੇਡੀ ਕਨਸਪਾਇਰਿੰਗ ਹੈ ਇਹ ਸ਼ਾਦੀ ਹੋ ਸਕਦਾ ਹੈ ਕਾਫੀ ਸਮਾਂ ਤੋਂ ਇਹਨਾਂ ਦੇ ਦਿਮਾਗ 'ਚ ਚੱਲ ਰਹੀ ਸੀ ਬੱਚੇ ਵੀ ਸਰ ਇਹਨਾਂ ਦੇ ਜੀ ਉਹ ਅੱਗੇ ਫੈਮਲੀ ਦਾ ਪਤਾ ਕਰਕੇ ਦੱਸ ਦਾਂਗੇ ਤੁਹਾਨੂੰ